ਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਛੋਟਾ ਹੁੰਦਾ ਜਦੋਂ ਨਾਨਕੇ ਪਿੰਡ ਜਾਂਦਾ ਸੀ ਉੱਥੇ ਗੇਟ ਤੇ ਲਿਖਿਆ ਹੁੰਦਾ ਸੀ ਜਦੋਂ ਡੁੱਲਦਾ ਖੂਨ ਹੈ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਤੇ ਭਾਈ ਸੁੱਖਾ ਤੇ ਭਾਈ ਜਿੰਦਾਜੀ ਨੂੰ ਅਸੀਂ ਕਿੱਦਾਂ ਭੁੱਲ ਸਕਦੇ ਆ ਵੈਸੇ ਮੈਂ ਇਨਾ ਧਾਰਮਿਕ ਹੈ ਨਹੀਂਗਾ ਤੇ ਰੱਬ ਜੀ ਮੇਰਾ ਯਕੀਨ ਹੈ ਇਦਾਂ ਦਾ ਹੀ ਆ ਹਨਾ ਪਰ ਜਿਹੜੇ ਕੌਮ ਲਈ ਜਿਨ੍ਹਾਂ ਨੇ ਕੁਛ ਕੀਤਾ ਉਹਨਾਂ ਬਾਰੇ ਪੜਨਾ ਤੇ ਤੁਹਾਨੂੰ ਵੀ ਕਹਿਣਾ ਤੁਸੀਂ ਵੀ ਪੜੋ ਤੇ ਆਪਣੇ ਨਿਆਣਿਆਂ ਨੂੰ ਵੀ ਪੜਾਓ ਅੱਜ ਦੇ ਦਿਨ 9 ਅਕਤੂਬਰ 1992 ਨੂੰ ਭਾਈ ਸੁੱਖਾ ਤੇ ਭਾਈ ਜਿੰਦਾਜੀ ਨੂੰ ਪੂਨੇ ਜੇਲ੍ਹ ਚ ਸ਼ਹੀਦ ਕੀਤਾ ਗਿਆ ਕਿਨਾਂ ਲਈ ਸ਼ਹੀਦ ਹੋਏ ਸਾਡੇ ਲਈ ਸ਼ਹੀਦ ਹੋਏ ਤੇ ਅਸੀਂ ਇਹਨਾਂ ਨੂੰ ਭੁੱਲ ਚੁੱਕੇ ਹਾਂ ਵਿਸਾਰ ਚੁੱਕੇ ਹਾਂ ਆਪਣੇ ਚੇਤਿਆਂ ਚ ਇਹਨਾਂ ਨੇ ਪਾਪੀ ਬੈਦਿਆ ਦਾ ਸੌਦਾ ਲਾਇਆ ਲਲਿਤ ਮਾਕਨ ਜੋ ਕਿ ਉਸ ਤੋਂ ਬਾਅਦ ਰਾਸ਼ਟਰ ਮਤਲਬ ਪਈ ਰਾਸ਼ਟਰਪਤੀ ਹੋਇਆ ਪੰਡਿਤ ਸ਼ੰਕਰ ਦੇਵਾਲ ਸ਼ਰਮਾ ਉਸ ਦੀ ਕੁੜੀ ਦਾ ਘਰ ਵਾਲਾ ਸੀ ਲਲਿਤ ਮਾਕਨ ਮੈਂਬਰ ਪਾਰਲੀਮੈਂਟ ਤੇ ਮਤਲਬ ਭਈ ਇਹਨਾਂ ਬਾਰੇ ਸਾਰਾ ਕੁਝ ਤੁਸੀਂ ਪੜ ਸਕਦੇ ਆ ਇੰਟਰਨੈਟ ਤੋਂ ਇੱਕ ਵਾਰ ਪੜਿਓ ਜਰੂਰ ਇਹਨਾਂ ਦੋਨਾਂ ਯੋਧਿਆਂ ਬਾਰੇ ਹਨਾ ਭਈ ਮਤਲਬ ਭਈ ਰੂਹ ਆਸ਼ਾ ਸ਼ਿਕਰ ਉੱਠੂਗੀ ਵੀ ਬਾਈ ਇਦਾਂ ਦੇ ਸਿੰਘ ਸੂਰਮੇ ਵੀ ਹੋਏ ਜਹਾਨ 'ਚ ਹਨਾ ਤੇ ਇਹਨਾਂ ਨੂੰ ਸਲਾਮ ਹੈ ਜੀ ਪ੍ਰਣਾਮ ਦੋਨਾਂ ਯੋਧਿਆਂ ਨੂੰ ਤੇ ਅੱਜ ਦੇ ਦਿਨ ਸ਼ਹੀਦ ਕੀਤੇ ਗਏ ਸੀ 9 ਅਕਤੂਬਰ 1992 ਨੂੰ ਪੂਨੇ ਜੇਲ੍ਹ 'ਚ ਤੇ ਭੁੱਲਿਓ ਨਾ ਆਪਣੇ ਆ ਯੋਧਿਆਂ ਨੂੰ ਤੇ ਮੈਂ ਮੈਨੂੰ ਬੜੇ ਮੈਸੇਜ ਆਏ ਭਾਈ ਇਹ 2020 ਜਿਹੜੇ ਨਵੰਬਰ ਚੂਣਾ ਉਹਦੀਆਂ ਵੋਟਾਂ ਦਾ ਤੂੰ ਕਹਿ ਮੈਂ ਕਿਉਂਕਿ ਭਾਈ ਨਵੰਬਰ ਵੀ ਆ ਗਿਆ ਤੁਹਾਨੂੰ ਵੀ ਪਤਾ ਲੱਗ ਜਾਣਾ ਇਦਾਂ ਨਹੀਂ ਇਦਾਂ ਨਹੀਂ ਉਹ ਹੁੰਦੇ ਤਾਂ ਮੈਂ ਉਹਦੇ ਪੱਖ ਚ ਕੋਈ ਵੀ ਵੀਡੀਓ ਨਹੀਂ ਅਜੇ ਤੱਕ ਨਾ ਪਾਈ ਹੈ ਨਾ ਪਾਉਣੀ ਆ ਇਹ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਤੁਸੀਂ ਭੋਲੇ ਲੋਗ ਆ ਯਾਰ ਹੁਣ ਤੁਹਾਨੂੰ ਕੀ ਦਸੀਏ ਹਨਾ ਭਈ ਮੈਨੂੰ ਗਾਂ ਦੀਆਂ ਲਿੰਕ ਸ਼ੇਅਰ ਕਰੀ ਗਏ ਭਾਈ ਇਹ ਇਦਾਂ ਨਹੀਂ ਹੁੰਦੇ ਨਵੰਬਰ ਨੂੰ ਕੀ ਆ 20 ਦਿਨ ਰਹਿ ਗਏ ਤੁਸੀਂ ਵੀ ਦੇਖ ਲਿਓ ਜੋ ਹੁਣ ਹਨਾ ਇੱਦਾਂ ਨਹੀਂ ਹੁੰਦੀਆਂ ਗੱਲਾਂ ਚਲੋ ਹਰ ਇੱਕ ਦੀ ਆਪਣੀ ਸੋਚ ਆ ਅੱਗੇ ਦਿਖਾਉਣੇ ਤੁਹਾਨੂੰ ਪਰ ਸ਼ਹੀਦ ਜੋਧੇ ਨੂੰ ਮਾਰਿਆ ਗਿਆ ਤੇ ਇਹ ਸੀਗਾ ਚੇ ਚੇ ਗਵੇਰਾ ਅਰਜنٹੀਨਾ ਚ ਜੰਮਿਆ ਕਿਊਬਾ ਲਈ ਲੜਿਆ ਕਾਂਗੋ ਲਈ ਲੜਿਆ ਬਲੀਵਿਆ ਲਈ ਲੜਿਆ ਕਿਊਬਾ ਚ ਫਦੇਲ ਕਾਸਟਰੋ ਜਦੋਂ ਬਣਿਆ ਇਸ ਨੂੰ ਵੀ ਉਹਦਾ ਮਿਲਿਆ ਬਹੁਤ ਤਕੜਾ ਇਹਦੇ دل ਚ ਹੁੰਦਾ ਇਹ ਵੀ ਐਸ਼ ਦੀ ਜ਼ਿੰਦਗੀ ਜੀ ਸਕਦਾ ਸੀ ਪਰ ਨਹੀਂ ਜਿਨ੍ਹਾਂ ਦੇ ਖੂਨ ਚ ਹੁੰਦੀ ਲੜਾਈ ਲਿਖੀ ਹੋ ਕਹਿੰਦੇ ਨਹੀਂ ਬਾਈ ਆਪਾਂ ਨਹੀਂ ਬੰਦੇ ਟੇਕੇ ਸਾਰਾ ਕੁਝ ਛੱਡ ਕੇ ਕਿਊਬਾ ਦਾ ਆਪਣਾ ਜੋ ਇਹਨੂੰ ਮਤਲਬ ਪਈ ਮੰਤਰੀ ਦਾ ਜੋ ਮਿਲਿਆ ਸੀ ਕਹਿੰਦਾ ਨਹੀਂ ਜਾਵੜਿਆ ਬਲੀਵੀਆ ਕਹਿੰਦਾ ਜਿਹੜਾ ਕੁਝ ਮੈਂ ਕਿਊਬਾ ਚ ਕੀਤਾ ਉੱਥੇ ਦੇ ਲੋਕਾਂ ਨਾਲ ਜਾ ਕੇ ਲੜਨਾ ਆ ਉੱਥੇ ਦੇ ਲੋਕਾਂ ਦਾ ਸਹਿਯੋਗ ਦੇਣਾ ਤੇ ਅੱਜ ਦੇ ਦਿਨ 9 ਅਕਤੂਬਰ 1967 ਨੂੰ ਚੇ ਗਵੇਰਾ ਨੂੰ ਬਲੀਵੀਆ ਚ ਮੌਤ ਦੀ سزا ਦਿੱਤੀ ਗਈ ਤੇ ਉਸ ਸਮੇਂ ਦੀ ਤਸਵੀਰ ਹੈ ਜਦੋਂ ਇਸ ਨੂੰ ਬਲੀਵੀਆ ਚ ਕੀਤਾ ਗਿਆ ਹਨਾ ਬਲੀਵੀਆ ਦੇਸ਼ ਹੈ ਜਿਹੜਾ ਹਨਾ ਸਾਊਥ ਅਮਰੀਕਾ ਚ ਉੱਥੇ ਜੇ ਗਵੇਰਾ ਇਹ ਬੰਦੇ ਦੀਆਂ ਤੁਸੀਂ ਕਈ ਜਗ੍ਹਾ ਤਸਵੀਰਾਂ ਦੇਖੀਆਂ ਹੋਣੀਆਂ ਆ ਵੈਸੇ ਕਈਆਂ ਨੇ ਹਨਾ ਫੇ ਮਤਲਬ ਦੇਖ ਲਓ ਕਿੱਥੇ ਅਰਜਨਟਾਈਨਾ ਚ ਜੰਮਿਆ ਕਿਉਂ ਬੋਲੀ ਲੜਿਆ ਕਾਂਗੋ ਲਈ ਲੜਿਆ ਬਲੀਵੀਆ ਲਈ ਲੜਿਆ ਦੇਖ ਲਓ ਭਾਈ ਮਤਲਬ ਭਈ ਇਦਾਂ ਦੇ ਵੀ ਇਨਸਾਨ ਹੋਏ ਦਿਨ ਦੁਨੀਆਦਾਰੀ ਤੇ ਤੇ ਅੱਜ ਦੇ ਦਿਨ ਹੀ 9 ਅਕਤੂਬਰ 1992 ਨੂੰ ਆਸਮਾਨ ਤੋਂ ਇੱਕ ਪੱਥਰ ਡਿੱਗਿਆ ਸੀ ਇਹ ਵਾਲਾ 12 ਕਿਲੋ ਦਾ ਸੀ ਤਕਰ ਦਾ ਦੇਖ ਲਓ ਕੀ ਬਣਾ ਦਿੱਤਾ ਸੀ ਇਹਦੇ ਬਾਰੇ ਇਹ ਵੀਡੀਓ ਵੀ ਹੈਗੀ ਇਦੀ ਡਿੱਗਦੇ ਦੀ ਪੀਕ ਸਕੇਲ ਪੀਕ ਸਕੇਲ ਮੈਟਰੋਇਡ ਇਸ ਨੂੰ ਇਹ ਸਰਚ ਕਰਕੇ ਤੁਸੀਂ ਇਸ ਦੀ ਕਿਉਂਕਿ 92 ਕਿਹੜਾ ਜਿਆਦਾ ਟਾਈਮ ਹੋ ਗਿਆ ਕੈਮਰੇ ਹੁੰਦੇ ਸੀ ਉਦੋਂ ਹਨਾ ਤੇ ਪੀਕ ਸਕੇਲ ਮੈਟੈਰੋਇਡ ਇਹ ਭਰੋਂਗੇ ਤੇ ਤੁਹਾਡੇ ਸਾਹਮਣੇ YouTube ਤੇ ਵੀਡੀਓ ਆ ਜਾਣੀ ਕਿਦਾਂ ਧਰਤੀ ਤੋਂ ਅਗੇ 12 ਕਿਲੋ ਦਾ ਪੱਥਰ ਕਾਰਚ ਵੱਜਿਆ ਸੀਗਾ ਅਮਰੀਕਾ ਛੱਡ ਗਿਆ ਸੀ ਅੱਜ ਦੇ ਦਿਨ ਪੱਥਰ ਅਸਮਾਨ ਤੋਂ ਇਹ ਆ ਜੀ ਤੇ ਸਾਹਮਣੇ ਰੱਖਿਆ ਹੋਇਆ ਆ 12 ਕਿਲੋ ਦਾ ਸੀ ਪਿਕਾਰ ਦੇ ਦੇਖ ਲਓ ਕੀ ਹਾਲ ਕਰਤਾ ਸਪੀਡ ਵੀ ਕਿੰਨੀ ਹੋਊਗੀ ਜਿਹੜਾ ਅਸਮਾਨ ਤੋਂ ਡਿਗਿਆ ਵੀਰ ਦੇਖਦੇ ਆ ਨਿਊਜ਼ੀਲੈਂਡ ਚ ਇੱਕ ਪਹਾੜੀ ਆ ਪਤੰਦਰ ਦੀ ਪਤਾ ਨਹੀਂ ਕਿਦਾਂ ਪਹਾੜੀ ਬਣ ਗਈ ਆਲੇ ਦੁਆਲੇ ਤਾਂ ਜੰਗਲੀ ਜੰਗਲ ਤੁਸੀਂ ਦੇਖ ਸਕਦੇ ਆ ਦਰਖਤੀ ਦਰਖਤ ਹੁਣ ਜਿੱਦਾਂ ਹਿਮਾਲਿਆ ਦੀਆਂ ਪਹਾੜੀਆਂ ਐ ਉਹ ਪਹਾੜੀਆਂ ਦੇ ਨਾਲ ਪਹਾੜੀਆਂ ਹੀ ਪਹਾੜੀਆਂ ਆ ਹਨਾ ਮਤਲਬ ਜਿੱਥੇ ਪਹਾੜ ਹੁੰਦੇ ਪਹਾੜਾ ਹੀ ਪਹਾੜ ਹੁੰਦੇ ਆ ਪਰ ਇਹ ਮਾਊਂਟ ਤਾਰਾਨਾਕੀ ਇਹ ਪਤਾ ਨਹੀਂ ਯਾਰ ਕਿਦਾਂ ਬਣ ਗਈ ਪਤੰਦਰ ਦੀ ਕੱਲੀ ਆਲੇ ਦੁਆਲੇ ਦਰਖਤੀ ਦਰਖਤ ਤੁਸੀਂ ਦੇਖ ਸਕਦੇ ਆ ਤੇ ਇਹ ਨਿਊਜ਼ੀਲੈਂਡ ਚ ਆ ਜੀ ਪਹਾੜੀ ਮੌੜਤਾਰਾ ਨਾ ਕੀ ਵੀ ਮਤਲਬ ਇੱਕ ਅਜੀਬ ਜਿਹੀ ਕਰਿਸ਼ਮਾਈ ਆ ਹੋਰ ਜੀ ਦੀ ਦਿਖਾਉਣਾ ਇੱਕ ਤਸਵੀਰ ਇਸ ਦੀ ਕੋਲੋਂ ਤਸਵੀਰ ਨਿਊਜ਼ੀਲੈਂਡ ਯਾਰ ਸੋਨਾ ਬੜਾ ਆ ਘੰਟੇ ਬਾਅਦ ਮੈਂ ਰੇਡੀਓ ਤੇ ਆਉਣਾ ਕੱਲ ਮੈਂ ਰੇਡੀਓ ਤੇ ਮਤਲਬ ਸਵਾਲ ਇਹ ਸੀ ਕਿ ਪੰਜਾਬ ਚ ਮੁੱਖ ਮੰਤਰੀ ਕੌਣ ਹੋਊਗਾ ਜਾਂ ਕਿੱਦਾਂ ਹਾਲਾਤ ਹੋਊਗੇ ਤੋ ਮੈਂ ਹੁਣ ਦੱਸ ਦਿੰਨਾ ਰੇਡੀਓ ਤੋਂ ਵੀ ਦੱਸ ਦੇਣਾ ਬਾਈ ਜਿਹੜੇ ਵਿਸ਼ੇ ਬਾਰੇ ਗੱਲ ਕਰਿਆ ਕਰੂੰਗੇ ਕਿਰਪਾ ਕਰਕੇ ਉਸੇ ਮੁੱਦੇ ਦੀ ਗੱਲ ਕਰਿਆ ਕਰੋ ਹਨਾ ਕੱਲ ਉਸੇ ਮੁੱਦੇ ਤੇ ਤਾਂ ਕਿਸੇ ਨੇ ਗੱਲ ਕੀਤੀ ਨਹੀਂ ਸਾਰੇ ਕੈਨੇਡਾ ਦਾ ਹੀ ਪੁੱਛੀ ਗਿਆ ਭਾਜੀ ਕੈਨੇਡਾ ਭਾਜੀ ਕੈਨੇਡਾ ਬਾਈ ਮਹਿੰਤਾ ਵਾਲੀ ਗੱਲ ਹੈ ਭਈ ਬੀਗ ਚ ਜਾਂ ਮੰਥ ਚ ਦੋ ਤਿੰਨ ਵਾਰੀ ਇੱਥੋਂ ਜਿਹੜੇ ਮਤਲਬ ਭਈ ਵਕੀਲ ਆ ਜਿਹਨੇ ਕੋਰਸ ਕੀਤਾ ਉਹਨਾਂ ਨੂੰ ਆਪਾਂ ਰੇਡੀਓ ਤੇ ਲਿਆਇਆ ਕਰੂੰਗੇ ਉਸ ਦਿਨ ਤੁਸੀਂ ਆਪਣੇ ਸਾਰੇ ਸਵਾਲ ਪੁੱਛ ਲਿਆ ਕਰਿਓ ਸੋ ਜਿਹੜਾ ਵਿਸ਼ਾ ਹੁੰਦਾ ਰੇਡੀਓ ਤੇ ਉੱਤੇ ਹੀ ਗੱਲ ਕਰਿਆ ਕਰਿਓ ਤੇ ਨਹੀਂ ਬਾਈ ਮੇਰਾ ਦਿਲ ਤਾਂ ਕਰਦਾ ਨਹੀਂ ਕਾਲ ਕੱਟਣੀ ਪਿਆ ਕਰਨੀ ਕਿਉਂਕਿ ਜਿਹੜੇ ਕੈਨੇਡਾ ਅਮਰੀਕਾ ਚੋਂ ਬਾਈ ਸੁਣਦੇ ਆ ਮਤਲਬ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਤੋਂ ਹੋਰ ਕਿਤੇ ਉਹ ਮਤਲਬ ਮੈਨੂੰ ਬਾਈ ਮਤਲਬ ਮੈਸੇਜ ਆਇਆ ਪੀ ਯਾਰ ਮੁੱਦਾ ਕੀ ਹੁੰਦਾ ਸਾਰੇ ਬਾਈ ਕੈਨੇਡਾ ਦਾ ਹੀ ਪੁੱਛਦੇ ਰਹਿੰਦੇ ਕੈਨੇਡਾ ਆਉਣਾ ਕੈਨੇਡਾ ਆਉਣਾ ਉਸ ਲਈ 20 ਚ ਇੱਕ ਦਿਨ ਪ੍ਰੋਗਰਾਮ ਰੱਖਿਆ ਕਰੂੰਗਾ ਉਸ ਦਿਨ ਤੁਸੀਂ ਪੁੱਛ ਲਿਆ ਕਰਿਓ ਸੋ ਅੱਜ ਘੰਟੇ ਬਾਅਦ ਰੇਡੀਓ ਤੇ ਪ੍ਰੋਗਰਾਮ ਚ ਆਪਾਂ ਪੁੱਛਣਾ ਪੰਜਾਬ ਦੇ ਹਾਲਾਤ ਕੀ ਹੋਣਗੇ ਸੋ ਮੁੱਦੇ ਤੇ ਹੀ ਗੱਲ ਕਰਿਓ ਨਹੀਂ ਤਾਂ ਕਾਲ ਕੱਟਣੀ ਪੈਣੀ ਆ ਸੌਰੀ ਉਹਦੇ ਲਈ ਤੇ ਬਾਕੀ ਤੁਸੀਂ ਯਾਰ ਮਤਲਬ ਪਈ ਪਹਿਲਾਂ ਦਾ ਟਵਿੱਟਰ ਤੇ ਆਈਡੀ ਬਣਾਓ ਫਿਰ ਆਈਆਰਸੀਸੀ ਨੂੰ ਫੋਲੋ ਕਰ ਲਓ ਕਿਸੇ ਏਜੰਟ ਕੋਲ ਕਿਸੇ ਕੋਲ ਜਾਣ ਦੀ ਲੋੜ ਨਹੀਂ ਪੈਣੀ ਫੋਨ ਦਾ ਸਹੀ ਇਸਤੇਮਾਲ ਕਰ ਲਓ ਇੰਟਰਨੈਟ ਦਾ ਸਹੀ ਪ੍ਰਯੋਗ ਕਰ ਲਓ ਟਵਿੱਟਰ ਤੇ ਆਈਡੀ ਬਣਾਓ ਤੇ ਆਈਆਰਸੀਸੀ ਨੂੰ ਕਰ ਲਓ ਫੋਲੋ ਸਾਰੇ ਤੁਹਾਡੇ ਸਵਾਲਾਂ ਦੇ ਉੱਤਰ ਮਿਲ ਜਾਣੇ ਆ ਉਹਨੀ ਐਕਸਟੈਂਡ ਕਰਤਾ ਪਈ ਕੈਨੇਡਾ ਵਾਲਿਆਂ ਨੂੰ ਪਈ ਤੁਸੀਂ ਕਿਹਨੂੰ ਕਿਹਨੂੰ ਮੰਗਾ ਸਕਦੇ ਆ ਹਨਾ ਜਿਹਨੇ ਮੰਗਾਉਣਾ ਪਈ ਤੇ ਲਿਖਿਆ ਆ ਸਾਰਾ ਹੀ ਕੁਛ ਹਨ ਪਈ ਨਿਆਣੇ ਹੋਏ ਜਾਂ ਡੇਟਿੰਗ ਰਿਲੇਸ਼ਨਸ਼ਿਪ ਮੰਗੇਤਰ ਆਪਣੀ ਸਾਰਿਆਂ ਦਾ ਹੀ ਹੁਣ ਉਹ ਨਹੀਂ ਓਪਨ ਕਰਤਾ ਆ ਤੇ ਕਰ ਸਕਦੇ ਆ ਸੋ ਫੋਨ ਸਾਰਿਆਂ ਕੋ ਆ ਟਵਿੱਟਰ ਤੇ ਆਈਡੀ ਬਣਾ ਕੋ ਇਹਨੂੰ ਫੋਲੋ ਕਰ ਲਓ ਸਾਰੇ ਉੱਤਰ ਮਿਲ ਜਾਣੇ ਕੈਨੇਡਾ ਦੇ ਕਿਹੜੇ ਕਾਨੂੰਨ ਆ ਕੀ ਖੁੱਲ ਗਿਆ ਕੀ ਹੋ ਗਿਆ ਬਲੂਫਾ ਇਹ ਨਹੀਂ ਬਲੈਕਬੈਰੀ ਕੰਪਨੀ ਦੇ ਫੋਨ ਵੈਸੇ ਜ਼ਿਆਦਾਤਰ ਮਤਲਬ ਜਿਹੜੇ ਲੋਕ ਮਤਲਬ ਥੋੜੇ ਮਤਲਬ ਭਈ ਹਾਈ ਲੈਵਲ ਦੇ ਹੁੰਦੇ ਸੀ ਫੋਨ ਤਾਂ ਚਲੋ ਇੰਨਾ ਮਹਿੰਗਾ ਨਹੀਂ ਸੀ ਪਰ ਜਿਹੜੇ ਬਖਰੀ ਸੋਚ ਵਾਲੇ ਸੀ ਬੰਦੇ ਉਹਨਾਂ ਕੋਲ ਹੀ ਸੀ ਹਨਾ ਭਈ ਜਿਨ੍ਹਾਂ ਨੂੰ ਹੈ ਨਹੀਂ ਸੀ ਭਈ ਇਦਾਂ ਦੀਆਂ ਟਿਕਟਾਕ ਲਟਰਮ ਪਟਰਮ ਨਾ ਮਤਲਬ ਸੋ ਬਲੈਕਬੈਰੀ ਵਾਲਿਆਂ ਨੇ ਨਵਾਂ ਹੀ ਧਮਾਕਾ ਕਰਤਾ ਦੇਖ ਸਕਦੇ ਆ ਭਈ ਜਿਹੜੇ ਸਿੰਘ ਆ ਇੱਥੇ ਮਤਲਬ ਜਿਹੜੇ ਭਈ ਬਖਰੇ ਦੇਸ਼ ਦੀ ਮੰਗ ਕਰਦੇ ਜਾਂ ਜਿੱਦਾਂ ਬਲੈਕਬੈਰੀ ਵਾਲਿਆਂ ਨੇ ਇੱਕ ਰਿਪੋਰਟ ਆ ਅਨਕਵਰ ਕੀਤੀ ਆ ਭਈ ਹੈਕਰ ਫੋਰ ਹਾਇਰ ਪਈ ਕਈ ਦੇਚਾਂ ਨੇ ਜਾਂ ਕਈ ਮਤਲਬ ਯੰਸੀਆਂ ਨੇ ਹੈਕਰ ਹਾਇਰ ਕੀਤੇ ਹੋ ਆ ਵੀ ਜਿਹੜੇ ਕੁਝ ਆਪਣੇ ਵੱਖਰੇ ਦੇਸ਼ ਦੀ ਮੰਗ ਕਰਦੇ ਜਾਂ ਕੁਝ ਕਰਦੇ ਉਹਨਾਂ ਦੀਆਂ ਉਹ ਚੀਜ਼ਾਂ ਹੈਕ ਕਰਦੇ ਆ ਤੇ ਬਲੈਕਬੈਰੀ ਬਹੁਮਤ ਬਲੈਕਬੈਰੀ ਭਰ ਲਿਓ ਬਹੁਮਤ ਤਾਂ ਤੁਹਾਨੂੰ ਪਤਾ ਹੀ ਹੈ B H U M A T ਬਹੁਮਤ ਬਲੈਕਬੈਰੀ ਤੇ ਰਿਪੋਰਟ ਦੇਖ ਲਿਓ ਵੀ ਕਿਹਨੂੰ ਕਿਹਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀਤੇ ਕੀਤੇ ਨਿਗਾ ਰੱਖੀ ਹੋਈ ਏਜੰਸੀਆਂ ਨੇ ਬੰਦੇ ਕਿ ਛੱਡੇ ਉਹ ਜਿਹੜੇ ਉਹ ਕੀਤੇ ਕੀਤੇ ਨਿਗਾ ਰੱਖਦੇ ਆ ਉਹਨਾਂ ਚ ਸਿੰਘ ਵੀ ਆਪਣੇ ਕੈਨੇਡਾ ਚ ਜਿਹੜੇ ਉਹਨਾਂ ਦਾ ਵੀ ਸਹਾਰਾ ਦਿੱਤਾ ਆ ਬਹੁਮਤ ਬਲੈਕਵੇਰੀ ਸਰਚ ਕਰ ਲਿਓ ਆ ਜਾਣਾ ਤੁਹਾਡੇ ਮੋਰੇ ਲੋਕ ਘਰੇ ਤੋਂ ਘਰੇ ਅਮਰੀਕਾ ਦੀ ਆਰਮੀ ਵਾਲਿਆਂ ਨੇ ਕੁੱਤਾਏ ਕੁੱਤਿਆਂ ਨੂੰ ਇਦਾਂ ਦੀਆਂ ਐਨਕਾਂ ਲਾਤੀਆਂ ਪੀ ਕੁੱਤਾ ਜਿੱਧਰ ਨੂੰ ਜਾਊਗਾ ਪਹਿਲਾਂ ਤਾਂ ਕੁੱਤੇ ਦੇ ਨਾਲ ਹੀ ਤੁਰਨਾ ਪੈਂਦਾ ਸੀ ਨੇੜੇ ਪੀ ਇੱਧਰ ਨੂੰ ਤੋਰ ਇੱਧਰ ਨੂੰ ਤੋਰ ਪਰ ਹੋਣ ਨਹੀਂ ਭਾਵੇਂ 2 ਕਿਲੋਮੀਟਰ ਦੂਰ ਬਹਿ ਜਾ ਕੁੱਤੇ ਨੂੰ ਕਹੂੰਗਾ ਇੱਧਰ ਨੂੰ ਜਾ ਉੱਧਰ ਨੂੰ ਹੀ ਜਾਊਗਾ ਤੇ ਜਿਹੜਾ ਕੁਝ ਕੁੱਤਾ ਦੇਖੂਗਾ ਐਨਕਾ ਚ ਉਹੀ ਪਿੱਛੇ ਬੰਦਾ ਦੇਖ ਸਕਦਾ 2 ਕਿਲੋਮੀਟਰ 10 ਕਿਲੋਮੀਟਰ ਦੂਰ ਬੈਠ ਕੇ ਤਕਨੀਕਾਂ ਦੇਖ ਲਓ ਤਕਨੀਕਾਂ ਪੀ ਮਤਲਬ ਜੇ ਕਿਤੇ ਕੋਈ ਖਤਰਾ ਆਇਆ ਕੋਈ ਬੰਬ ਲੱਬਣਾ ਜਾਂ ਕੁਝ ਵੀ ਹੈ ਨਾ ਪਈ ਜੋ ਕੁੱਤਾ ਦੇਖੂ ਐਨ ਕਾਚ ਉਹੀ ਪਿੱਛੇ ਬੈਠਾ ਬੰਦਾ ਦੇਖੂਗਾ ਤੇ ਪਿੱਛੇ 10 ਕਿਲੋਮੀਟਰ 5 ਕਿਲੋਮੀਟਰ ਤੋ ਬਹਿ ਕੇ ਚੱਲ ਵੀ ਇੱਧਰ ਨੂੰ ਮੋੜ ਇੱਧਰ ਨੂੰ ਮੋੜ ਉੱਧਰ ਨੂੰ ਹੀ ਜਾਊਗਾ ਪਈ ਦੇਖ ਲਓ ਦੀਨ ਦੁਨੀਆਦਾਰੀ ਦੀਆਂ ਤਕਨੀਕਾਂ ਕਿੱਥੇ ਪਹੁੰਚ ਗਈਆਂ ਆ ਆ ਦੇਖ ਲਓ ਓੱਡੇ ਸਾਹਮਣੇ ਆ ਬੱਲੇ ਥੋਡੇ ਹਾਲ ਦਾ ਆ ਨਾਂ ਵੀ ਉੱਤੇ ਲਿਖਿਆ ਹੈਲਮਟ ਦੇ ਸਰਚ ਕਰ ਲਿਓ ਬਾਲਡਰ ਕਾਰਡ ਬਣਾ ਦਿੱਤਾ ਨਿਊਕਲੀਅਰ ਫਿਊਜ਼ਨ ਰੈਕਟਰ ਬਣਾ ਦਿੱਤਾ ਮੁੰਡੇ ਨੇ 12 ਸਾਲ ਦੇ ਨੇ ਤੇ ਇਹਦੀ ਵੀਡੀਓ ਵੀ ਦੇਖ ਲਓ ਨੇ ਕੀ ਕੀਤਾ ਜਿਹੜਾ ਇਹਨੇ ਬਲਡ ਰਿਕਾਰਡ ਬਣਾਇਆ ਹੈਲਮਟ ਤੇ ਨਾਮ ਲਿਖਿਆ ਆ ਸਪੈਲਿੰਗ ਤੁਹਾਡੇ ਸਾਹਮਣੇ ਆ 12 ਸਾਲ ਦਾ ਅਮੀਰ ਰਿਪੋਰਟ ਭਾਰਤ ਦੇ ਪਹਿਲੇ ਦੋ ਅਮੀਰ ਜਿਨ੍ਹਾਂ ਤੇ ਹੱਥ ਆ ਜੀ ਗੋਡਫਾਦਰ ਦਾ ਪਹਿਲੇ ਨੰਬਰ ਵਾਲਾ ਤੇ ਦੂਏ ਨੰਬਰ ਵਾਲਾ 80 ਬਿਲੀਅਨ ਡਾਲਰ 90 ਬਿਲੀਅਨ ਡਾਲਰ 90 ਕਰੋੜ ਰੁਪਈਆ ਇੱਕ ਘੰਟੇ ਦਾ ਕਮਾਉਂਦਾ ਪਹਿਲੇ ਨੰਬਰ ਵਾਲਾ ਤੇ ਦੂਜੇ ਨੰਬਰ ਵਾਲੇ ਕੋ 25 ਬਿਲੀਅਨ ਡਾਲਰ ਜਿਹਦਾ ਅਸੀਂ ਕਦੀ ਨਾ ਹੀ ਨਹੀਂ ਸੀ ਸੁਣਿਆ ਜਦੋਂ ਦਾ ਫਿਰ ਗੋਡਫਾਦਰ ਨੇ ਹੱਥ ਰੱਖਿਆ ਦੂਜੇ ਨੰਬਰ ਤੇ ਆ ਗਿਆ ਭਾਰਤ ਦੀ ਜਮੀਰਾਂ ਦੀ ਲਿਸਟ ਤੇ ਤੇ ਤੀਜੇ ਨੰਬਰ ਵਾਲੇ ਕੋ 20 ਬਿਲੀਅਨ ਡਾਲਰ ਆ ਜਿਹੜੇ ਇਹ ਭਾਰਤ ਦੇ ਮੀਰਾਂ ਦੀ ਸੂਚੀ ਆਈ ਕੱਲ ਨਵੀਂ ਤੇ ਤੀਜੇ ਨੰਬਰ ਵਾਲੇ ਕੋ 20 ਬਿਲੀਅਨ ਆ ਪਹਿਲੇ ਵਾਲੇ ਕੋ 90 ਬਿਲੀਅਨ ਬੀ ਤੇ ਆ 60 20 ਜੋਗਾਸੀ ਆਲਮੋਸਟ 4 ਗੁਣਾ ਜ਼ਿਆਦਾ ਪੈਸੇ ਆ ਤੇ ਇਹ 100 ਬਿਲੀਅਨ ਡਾਲਰ ਹੀ ਦਾ ਟੱਪਿਆ ਲਓ ਐਸੇ ਸਾਲ ਤੱਕ ਤੇ ਐਂਡ ਤੱਕ ਹੁਣ ਦੱਸਦਾ ਤੁਹਾਨੂੰ ਅਕਤੂਬਰ ਚ ਪਈ ਦਸੰਬਰ ਤੱਕ ਇਹਨੇ 100 ਬਿਲੀਅਨ ਡਾਲਰ ਕ੍ਰੋਸ ਕਰ ਜਾਣਾ ਜਿਹੜੇ ਹਿਸਾਬ ਨਾਲ ਇਹਦੀ ਕਮਾਈ ਹੋਣ ਰਹੀ ਆ 90 ਕਰੋੜ ਰੁਪਈਆ ਇੱਕ ਘੰਟੇ ਦਾ ਕਮਾਉਂਦਾ ਪਿਆ 90 ਕਰੋੜ ਰੁਪਈਆ ਇੱਕ ਵੈਬ ਸੀਰੀਜ਼ ਆਈ ਹੈ ਮੈਂ ਰეკਮੈਂਡ ਕਰਦਾ ਤੁਹਾਨੂੰ ਜਿਹੜੇ ਇੰਟਰਸਟਿਡ ਹੈ ਇੱਕ ਹਰਸ਼ਦ ਮੈਦ ਦਾ ਸਕੈਮ ਹੋਇਆ ਸੀਗਾ ਉਹ ਦੇਖਿਓ ਤੇ ਇੱਕ ਬੈਡ ਬਲੇ ਮਤਲਬ ਪਈ ਵਿਜੀ ਚ ਵਿਜੇ ਮਾਲਿਆ ਤੇ ਉਹਨਾਂ ਦਾ ਦੱਸਿਆ ਗਿਆ ਨੀਰ ਬਮੋਦੀ ਵਿਜੇ ਮਾਲਿਆ ਤੇ ਸੂਬਰ ਤੋਂ ਰਾਏ ਸਾਰਾ ਇਹਨਾਂ ਬਾਰੇ ਦੱਸਿਆ ਗਿਆ ਬਹੁਤ ਵਧੀਆ ਦੇਖਣ ਵਾਲੀ ਚੀਜ਼ ਆ ਰეკਮੈਂਡ ਕਰਦਾ ਦੇਖਿਓ ਕੱਲ ਮੈਂ ਵਿਜੇ ਮਾਲੀ ਵਾਲਾ ਪਾਰਟ ਦੇਖਿਆ ਉਹਦਾ ਤੇ ਗਾਹਾਂ ਦੇਖੂੰਗਾ ਅੱਜ ਦੇਖੂੰਗਾ ਦੂਜੇ ਪਾਰਟ ਹਨਾ ਤੇ ਬਹੁਤ ਵਧੀਆ ਉਹ ਦੇਖਣ ਵਾਲੀ ਆ ਫਿਸ਼ਰ 에ਅਰਲੈਨ ਉਹਦੀ ਆਪਣੀ ਮਤਲਬ ਜਿੱਦ ਕਿਦਾਂ ਲੈ ਡੁੱਬੀ ਕਿਦਾਂ ਇੱਕ ਇਹਤ ਮਜੂਮਦਾਰ ਛਾਹ ਆ ਇੰਡੀਆ ਦੀ ਅਮੀਰਾਂ ਚੋਂ ਮਤਲਬ ਆਪਣੇ ਦਮ ਤੇ ਬਣੀ ਅਮੀਰ ਇੱਕ ਲੇਡੀ ਆ ਉਹਨੇ ਕਿਦਾਂ ਸਲਾਹ ਦਿੱਤੀ ਸੀ ਤੇ ਬਾਕੀ ਆਲਮੋਸਟ ਇੱਕ ਮਿਲੀਅਨ ਫਾਲੋਅਰ ਹੋ ਚੁੱਕੇ ਆ ਜੀ 10 ਲੱਖ ਤੇ ਜਿੱਦਣ ਪਹਿਲੇ ਦਿਨ ਵੀਡੀਓ ਪਾਈ ਸੀ ਤਾਂ ਕੋਈ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਦੇਖਣ ਵਾਲਾ ਤੇ ਹੁਣ 10 ਲੱਖ ਹੋ ਚੱਲੇ ਤੁਹਾਡਾ ਪਿਆਰ ਹੀ ਆ ਤੇ ਜਿੱਦਾਂ ਦਾ ਪਹਿਲਾ ਸੀ ਮੈਂ ਉਦਾਂ ਦਾ ਹੀ ਰਹਿਣਾ ਕੋਈ ਆਕੜ ਉੱਕੜ ਵਾਲੀ ਦਾ ਗੱਲ ਹੈ ਨਹੀਂ ਕਿ ਪਤਾ ਹੀ ਆ ਤੁਹਾਨੂੰ ਜਿਹੜੇ ਇੱਥੇ ਮਿਲਦੇ ਵੀ ਆ ਰੀਅਲ ਚ ਉਹਨਾਂ ਨੂੰ ਵੀ ਪਤਾ ਹੀ ਆ ਕਿੱਦਾਂ ਦਾ ਹਨਾ ਮੈਂ ਕਹੀ ਹੁੰਦੇ 5000 ਫਾਲੋਅਰ ਬਣ ਜਾਂਦੇ ਆ ਕਹਿੰਦੇ ਤੂੰ ਕੌਣ ਤੇ ਮਿਲਦੇ ਆ ਜੀ 1 ਘੰਟੇ ਤੱਕ ਰੇਡੀਓ ਤੇ ਹਿੰਦੀ ਰੇਡੀਓ ਸਾਰੇ ਡਾਊਨਲੋਡ ਵੀ ਕਰ ਲਓ ਤੇ ਅੱਜ ਦਾ ਵਿਸ਼ਾ ਹੋਵੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ ਤੇ ਉਹਦੇ ਬਾਰੇ ਵਿਚਾਰ ਦਿਓ ਤੇ ਭਰਾ ਮੇਰੇ ਕੋਈ ਬੀਜੇ ਬੂਜੇ ਬਾਰੇ ਨਾ ਪੁੱਛਿਓ ਨਹੀਂ ਤਾਂ ਲਾਈਨ ਕੱਟਣੀ ਪੈਣੀ ਆ ਉਹਦੇ ਲਈ ਆਪਾਂ ਇਸ ਵੀਕ ਆਪਾਂ ਕੋਈ ਲਿਆਵਾਂਗੇ ਇੱਥੋਂ ਵਕੀਲ ਜੋ ਵੀ ਹੈ ਨਾ ਕੈਨੇਡਾ ਬਾਰੇ ਉਹ ਸਾਰੇ ਸਵਾਲ ਪੁੱਛ ਲਿਓ ਤੇ ਸ਼ੇਅਰ ਕਰ ਦਿਓ ਜੀ ਗਾਂ ਦੀ ਗਾਂ ਵੀਡੀਓ ਇਹ ਤੇ ਹੱਸਦੇ ਰਹੋ বাসਦੇ ਰਹੋ ਮਿਲਦੇ ਹਾਂ ਹੁਣ ਫੇਂਦੀ ਰੇਡੀਓ ਤੇ ਤੁਹਾਡਾ ਆਪਣਾ ਹਿੰਦੀ ਚ ਸਵਾਲ ਪਿੰਡ ਨਰੂੜ ਤਹਿਸੀਲ ਹੁਆੜਾ ਜ਼ਿਲ੍ਹਾ ਕਪੂਰਥਲਾ ਪਿੰਨ ਕੋਡ 144405 ਆ ਜਾਓ ਫੇ ਮਿਲਦੇ ਹਾਂ ਰੇਡੀਓ ਤੇ ਕਰ ਦਿਓ ਸ਼ੇਅਰ ਸਾਰੇ ਪਾਸੇ ਤੇ ਮਿਲੀਅਨ ਕਰ ਦਿਓ ਐਸੇ ਹੀ ਮਹੀਨੇ ਤੱਕ ਅਦਿਓਸ